ਕਣਕ ਆਪਣੇ ਨਿਸਾਰੇ ਵੱਲ ਵੱਧ ਰਹੀ ਹੈ ਜੀ ਇਸ ਤੋਂ ਬਾਅਦ ਕਣਕ ਦਾ ਜਿਹੜਾ ਅਗਲਾ ਪੜਾਅ ਹੈ ਉਹ ਹੈ ਬੱਲੀਆਂ ਦੇ ਵਿੱਚ ਦੋਤਾ ਪਰਨਾ ਦੋਦੇ ਤੋਂ ਦਾਣਾ ਬਣਨਾ ਤੇ ਦਾਣੇ ਤੋਂ ਬਾਅਦ ਅੱਗੇ ਦਾਣੇ ਦਾ ਪਕਾਵ ਸ਼ੁਰੂ ਹੋਣਾ ਹੁਣ ਕਣਕ ਇਹਨਾਂ ਸਟੇਜਾਂ ਨੂੰ ਪਾਰ ਕਰੂਗੀ ਤੇ ਇਸ ਸਮੇਂ ਕਣਕ ਨੂੰ ਕਿਸ ਤਾਕਤ ਦੀ ਜ਼ਰੂਰਤ ਹੈ ਕਿੰਨੀ ਨਿਊਟ੍ਰੀਸ਼ਨ ਹੁਣ ਚਾਹੀਦੀ ਹੈ ਬੂਟੇ ਨੂੰ ਸਟ੍ਰੈਸ ਤੋਂ ਕਿਵੇਂ ਬਚਾਉਣਾ ਕਿਸ ਤਰ੍ਹਾਂ ਹੁਣ ਤੁਸੀਂ ਆਪਣੇ ਕਣਕ ਦੀ ਉਪਜ ਵਧਾ ਸਕਦੇ ਹੋ ਝਾੜ 'ਚ ਵਾਧਾ ਕਰਨ ਵਾਲੇ ਕੀ ਕਾਰਨ ਨੇ ਤੇ ਕਿਸ ਤਰ੍ਹਾਂ ਅਸੀਂ ਦਾਣਿਆਂ ਦੇ ਵਿੱਚ ਭਾਰ ਵਧਾਉਣਾ ਹੈ ਤਾਂ ਕਿ ਝਾੜ ਵਧੇ ਅੱਜ ਦੀ ਵੀਡੀਓ 'ਚ ਆਪਾਂ ਇਹ ਨਾਲ ਸੰਬੰਧੀ ਚਰਚਾ ਕਰਾਂਗੇ ਸਰਟੀਫਾਈਡ ਅਗ੍ਰਿਕ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਖੇਤੀਬਾੜੀ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਸਮੇਂ-ਸਮੇਂ ਤੇ ਤੁਹਾਨੂੰ ਮਿਲਦੀਆਂ ਰਹਿਣ ਉਹਦੇ ਲਈ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਲਾਈਕ ਤੇ ਫੋਲੋ ਕਰ ਲੋ ਕਿਸਾਨ ਵਿਰੋਧ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਣਕ ਦੀ ਸਭ ਤੋਂ ਪਹਿਲਾਂ ਤਾਂ ਜੋ ਹੁਣ ਸਮਾਂ ਹੈ ਹੁਣੇ ਸਾਰੇ ਦੇ ਸਮੇਂ ਇਸ ਤੋਂ ਬਾਅਦ ਜਿਹੜਾ ਸਮਾਂ ਆਣਾ ਨੇ ਸਾਰੇ ਤੋਂ ਕਣਕਾਂ ਪੂਰੀਆਂ ਨਿਸਰ ਚੁੱਕੀਆਂ ਨੇ ਕੁਝ ਨਿਸਰਨ ਵਾਲੀਆਂ ਨੇ ਦੁੱਧਾ ਬਣਨ ਦਾ ਸਮਾਂ ਆਉਣ ਵਾਲਾ ਹੈ ਇਸ ਸਮੇਂ ਬੂਟੇ ਨੂੰ ਸਟ੍ਰੈਸ ਤੋਂ ਰੀਲੀਫ ਚਾਹੀਦਾ ਬੂਟੇ ਤੇ ਬਿਲਕੁਲ ਵੀ ਸਟ੍ਰੈਸ ਨਹੀਂ ਹੋਣਾ ਚਾਹੀਦਾ ਜੇਕਰ ਥੋੜਾ ਬਹੁਤ ਸਟ੍ਰੈਸ ਹੈ ਤਾਂ ਤੁਨੂੰ ਉਹਦੇ ਇਲਾਜ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਤਾਂ ਕਿ ਬੁੱਟੇ ਦੇ ਉੱਪਰ ਸਟ੍ਰੈਸ ਘਟ ਹੋਵੇ ਸਟ੍ਰੈਸ ਪੈਣ ਦੇ ਕਾਰਨ ਕੀ ਨੇ ਬੁੱਟੇ ਤੇ ਸਭ ਤੋਂ ਵੱਡਾ ਸਟ੍ਰੈਸ ਪੈਣ ਦਾ ਕਾਰਨ ਹੈ ਤਾਪਮਾਨ ਦੇ ਵਿੱਚ ਵਾਧਾ ਜਿਹੜਾ ਕਿ ਤੁਸੀਂ ਅੱਜਕੱਲ ਦੇਖ ਹੀ ਰਹੇ ਹੋ ਦਿਨ ਦਾ ਤਾਪਮਾਨ ਬਹੁਤ ਜ਼ਿਆਦਾ ਉੱਪਰ ਜਾਣ ਲੱਗਿਆ ਤੇ ਰਾਤ ਨੂੰ ਠੰਡ ਹੁੰਦੀ ਹੈ ਦਿਨੇ ਤਕਰੀਬਨ 25 ਡਿਗਰੀ ਤੱਕ ਤਾਪਮਾਨ ਜਾਂਦਾ ਹੈ ਜਿਹੜਾ ਕਿ ਰਾਤ ਨੂੰ 10 ਡਿਗਰੀ ਦੇ ਨੇੜੇ ਤੇੜੇ ਹੁੰਦਾ ਇਹਦੇ ਨਾਲ ਬੂਟਾ ਜਦੋਂ ਠੰਡ ਦੇ ਵਿੱਚੋਂ ਇੱਕਦਮ ਗਰਮੀ ਦੇ ਵਿੱਚ ਆਉਂਦਾ ਤਾਂ ਉਸ ਤੇ ਦਬਾਅ ਪੈਣ ਲੱਗ ਜਾਂਦਾ ਹੈ ਉਹ ਸਟ्रेस ਦੀ ਅਵਸਥਾ ਦੇ ਵਿੱਚ ਆ ਜਾਂਦਾ ਹੈ ਕਈ ਵਾਰ ਬੂਟਾ ਉਹ ਦਬਾਅ ਨਹੀਂ ਚੱਲ ਪਾਉਂਦਾ ਤੇ ਉਹਦੇ ਨਾਲ ਬੱਲੀਆਂ ਦੇ ਉੱਪਰ ਅਸਰ ਪੈਂਦਾ ਹੈ ਬੱਲੀਆਂ ਛੋਟੀਆਂ ਹੁੰਦੀਆਂ ਨੇ ਦਾਣੇ ਵੀ ਮੱਝੂ ਹੋ ਜਾਂਦੇ ਨੇ ਦਾਣੇ ਹਲਕੇ ਹੁੰਦੇ ਨੇ ਤੇ ਦਾਣੇ ਘੱਟ ਪਰਦੇ ਨੇ ਜਿਹਦੇ ਨਾਲ ਤੁਹਾਡੀ ਫਸਲ ਦਾ ਝਾੜ ਘਟ ਜਾਂਦਾ ਹੈ ਹੁਣ ਬੂਟੇ ਨੂੰ ਸਟ्रेस ਤੋਂ ਬਚਾਉਣ ਲਈ ਕੀ ਕਰਨਾ ਹੈ ਪੋਟਾਸ਼ ਬੂਟੇ ਨੂੰ ਹਮੇਸ਼ਾ ਸਟ੍ਰੈਸ ਤੋਂ ਬਚਾਉਂਦਾ ਹੁਣ ਤੁਸੀਂ 13 045 ਦਾ ਸਪਰੇਅ ਦੇਣਾ ਬੂਟੇ ਨੂੰ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਦੇ ਸਕਦੇ ਹੋ ਔਰ ਇਹਦੇ ਵਿੱਚ ਹਮੇਸ਼ਾ ਤੁਸੀਂ ਖਿਆਲ ਰੱਖਿਓ ਕਿ ਪਾਣੀ 150 ਲੀਟਰ ਦੇ ਕਰੀਬ ਤੁਸੀਂ ਜ਼ਰੂਰ ਲਾਓ ਕਿਉਂਕਿ ਹਰ ਵਾਰ ਆਪਾਂ ਇਹੀ ਕੰਮ ਗੱਲ ਕਰਦੇ ਹਾਂ ਕਿ ਕੰਮ ਨਹੀਂ ਕਰਦੀ ਦਵਾਈ ਪੂਰੀ ਤਰ੍ਹਾਂ 13045 ਦੇ ਨਾਲ 150 ਲੀਟਰ ਪਾਣੀ ਜ਼ਰੂਰ ਲਾਓ ਜਿੱਥੇ ਤੁਸੀਂ ਚਾਰ ਟੈਂਕੀਆਂ ਲਾਉਣੇ ਦੋ ਹੋਰ ਲਾ ਲਓ ਤੁੱਕ 13045 ਚ ਪੋਟਾਸ਼ ਦੇ ਨਾਲ ਸਾਨੂੰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ ਤੇ ਕਈ ਕਿਸਾਨਾਂ ਦੇ ਖੁਦ ਦੇ ਤਜਰਬੇ ਨੇ ਅਸੀਂ ਭਾਵੇਂ ਉਹ ਨਹੀਂ ਕੀਤੇ ਪਰ ਗੱਲ ਹੁੰਦੀ ਰਹਿੰਦੀ ਹੈ ਤੇ ਨਾਲ ਲੱਗਦੇ ਖੇਤਾਂ 'ਚ ਦੇਖਦੇ ਵੀ ਰਹਿੰਦੇ ਆ ਅਸੀਂ ਹਮੇਸ਼ਾ 13045 ਦਾ ਸਪਰੇਅ ਕਰਦੇ ਆ ਤੇ ਕਈ ਕਿਸਾਨ 25 ਕਿਲੋ ਰਤੀ ਏਕੜ ਦੇ ਹਿਸਾਬ ਨਾਲ ਇਸ ਅਵਸਥਾ ਦੇ ਵਿੱਚ ਥੋੜੇ ਦਿਨ ਪਹਿਲਾਂ ਯੂਰੀਆ ਵੀ ਦਿੰਦੇ ਨੇ ਨਿਸਾਰੇ ਸਮੇਂ ਜੇਕਰ ਤੁਸੀਂ ਨਾਈਟ੍ਰੋਜਨ ਦਿਨੇ ਬੂਟੇ ਨੂੰ ਤਾਂ ਯਕੀਨਨ ਉਹ ਤੁਹਾਡੇ ਝਾੜ ਤੇ 100% ਫਰਕ ਪਾਉਂਦੀ ਹੈ ਇਹ ਸਾਡਾ ਆਪਣਾ ਤਜਰਬਾ ਹੈ ਤੇ 100% کارਗਰ ਹੈ ਪਾਣੀ ਤੁਨ ਮੈਂ ਦੱਸਿਆ ਇਹਨਾਂ 150 ਲੀਟਰ ਜ਼ਰੂਰ ਲਾਓ ਇਹ ਦੋਨੋਂ ਚੀਜ਼ਾਂ ਤੁਸੀਂ ਇਸ ਟਾਈਮ ਸਪਰੇਅ ਕਰੋ ਤੇ ਇਹਦੇ ਨਾਲ ਤੁਸੀਂ ਬੋਰਨ ਮਿਲਾ ਸਕਦੇ ਹੋ ਤੇ ਫੰਗੀਸਾਈਡ ਦਾ ਸਪਰੇਅ ਕਾਫੀ ਕਿਸਾਨ ਹੁਣ ਕਰ ਰਹੇ ਨੇ ਜੇ ਤੁਸੀਂ ਸਾਡਾ ਤਜਰਬਾ ਜਾਣੋ ਤਾਂ ਹੁਣ ਮੇਰੇ ਖਿਆਲ ਚ ਉਹਦਾ ਟਾਈਮ ਲੰਘ ਚੁੱਕਿਆ ਕਿਉਂਕਿ ਝੰਡਾ ਪੱਤਾ ਨਿਕਲਣ ਸਮੇਂ ਜੇ ਤੁਸੀਂ ਫੰਗੀਸਾਈਡ ਦਾ ਸਪਰੇਅ ਕਰਦੇ ਹੋ ਤਾਂ ਰੋਗ ਰਹਿਤ ਝੰਡਾ ਪੱਤਾ ਨਿਕਲਦਾ ਕਿਉਂਕਿ ਝੰਡਾ ਪੱਤੇ ਨੇ ਝਾੜ ਦੇ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕਰਨਾ ਹੁੰਦਾ ਝੰਡਾ ਪੱਤਾ ਬਾਕੀ ਜਦੋਂ ਨਿਕਲ ਜਾਂਦਾ ਤਾਂ ਭੋਜਨ ਬਣਾਉਣ ਦੀ ਸਾਰੀ ਕਿਰਿਆ ਤੇ ਸਭ ਤੋਂ ਵੱਧ ਹਿੱਸਾ ਉਹ ਪਾਉਂਦਾ ਜੇਕਰ ਭੋਜਨ ਕਿਰਿਆ درست ਹੋਏਗੀ ਬੂਟੇ ਨੂੰ ਪੂਰਾ ਭੋਜਨ ਮਿਲੇਗਾ ਤਾਂ ਹੀ ਬੂਟਾ ਅੱਗੇ ਜਾ ਕੇ ਆਪਣੇ ਝਾੜ ਦੇ ਵਿੱਚ ਵਾਧਾ ਕਰੇਗਾ 13045 ਕਰਨ ਦਾ ਫਾਇਦਾ ਇਹ ਹੈ ਜੀ ਬੂਟੇ ਨੂੰ ਹੁਣ ਜੋ ਨਾਈਟ੍ਰੋਜਨ ਦੀ ਜ਼ਰੂਰਤ ਹੈ ਉਹਨ ਭਰਪੂਰ ਮਾਤਰਾ ਦੇ ਵਿੱਚ ਨਾਈਟ੍ਰੋਜਨ ਮਿਲ ਜੇਗੀ ਜਿਸ ਦੇ ਨਾਲ ਉਹਦੇ ਝਾੜ ਚ ਵਾਧਾ ਹੋਏਗਾ ਤੇ ਪੋਟਾਸ਼ ਨਾਲ ਬੂਟੇ ਦਾ ਸਟ੍ਰੈਸ ਵੀ ਘਟੇਗਾ ਸਟ੍ਰੈਸ ਖਤਮ ਹੋਏਗਾ ਤੇ ਬੂਟੇ ਵਿੱਚ ਜਿਹੜੀ ਬਾਦੂ ਤਾਕਤ ਪਈ ਹੈ ਹੋ ਜਾਂਦੇ ਰੂਪ ਵਿੱਚ ਬਾਦੂ એનર્ਜੀ ਪਈ ਹੈ ਉਹ ਸਾਰੀ ਬੱਲੀ ਵੱਲ ਨੂੰ ਡਾਇਵਰਟ ਹੋ ਜਾਏਗੀ ਬੱਲੀ ਵੱਲ ਨੂੰ ਚਲੀ ਜਾਏਗੀ ਬੱਲੀਆਂ ਵੱਡੀਆਂ ਹੋਣਗੀਆਂ ਤੇ ਭੱਲੀਆਂ ਦੇ ਵਿੱਚ दाਣੇ ਭਰਪੂਰ ਮਾਤਰਾ ਦੇ ਵਿੱਚ ਹੋਣਗੇ दाਣੇ ਚਮਕੀਲੇ ਹੋਣਗੇ ਮੋਟੇ ਹੋਣਗੇ ਤੇ दाਣੇ ਵਜਨਦਾਰ ਹੋਣਗੇ ਜੇਕਰ दाਣੇ ਮੋਟੇ ਹੋਣਗੇ ਵਜਨਦਾਰ ਹੋਣਗੇ ਤਾਂ ਹੀ ਤੁਹਾਡਾ ਝਾੜ ਵਧੂਗਾ ਤੇ दाਣੇ ਨੂੰ ਵਜਨਦਾਰ ਬਣਾਉਣ ਦਾ ਕੰਮ ਪੋਟਾਸ਼ ਹੀ ਕਰਦਾ ਸੋ ਇਸ ਸਮੇਂ 13045 ਦਾ ਸਪਰੇਅ ਜ਼ਰੂਰ ਕਰੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ